ਡੇਂਗੂ ਚਿਕਨਗੁਣੀਆ ਤੋਂ ਬਾਅਦ ਹੁਣ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਬਰਡ ਫਲੂ ਦੇ ਖਦਸ਼ੇ ਮਗਰੋਂ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬਰਡ ਫਲੂ ਦੀਆਂ ਖਬਰਾਂ ਤੋਂ ਬਾਅਦ ਰਾਜਧਾਨੀ ਦਿੱਲੀ ਅਤੇ ਕੁਝ ਹੋਰ ਥਾਵਾਂ ਤੇ ਚਿੜੀਆਂ ਘਰਾਂ ਦੇ ਇਲਾਵਾ ਡੀਅਰ ਪਾਰਕ ਨੂੰ ਵੀ ਬੰਦ ਕਰ ਦਿੱਤਾ ਗਿਆ। ਦਿੱਲੀ ਸਰਕਾਰ ਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲੈ ਜਾਂਚ ਲਈ ਭੇਜੇ ਨੇ। ਡੇਂਗੂ ਅਤੇ ਚਿਕਨਗੁਨੀਆ ਤੋਂ ਬਾਅਦ ਹੁਣ ਬਰਡ ਫਲੂ ਦੇ ਵਾਇਰਸ ਦੀ ਦਹਿਸ਼ਤ ਬਣ ਗਈ ਹੈ। ਦਿੱਲੀ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਪੰਜਾਬ ਵਿਚ ਵੀ ਬਰਡ ਫਲੂ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਨੇ। ਕੋਰਟ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਹੈ ਕਿ ਚਿਕਨਗੁਨੀਆ ਅਤੇ ਡੇਂਗੂ ਘੱਟ ਹੋ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਰਾਮ ਨਾਲ ਬੈਠ ਜਾਓ। ਗਵਾਲੀਅਰ ਦੇ ਚਿੜੀਆਘਰ ਵਿਚ 48 ਘੰਟਿਆਂ ਵਿਚ 15 ਪੰਛੀਆਂ ਦੀ ਮੌਤ ਦੀ ਖ਼ਬਰ ਨਾਲ ਬਰਡ ਫਲੂ ਦੇ ਜਾਨਲੇਵਾ ਵਾਇਰਸ ਦੇ ਪੈਰ ਪਸਾਰਨ ਦੇ ਸੰਕੇਤ ਮਿਲੇ ਨੇ। ਹਾਲਾਂਕਿ ਇਨ੍ਹਾਂ ਦੀ ਮੌਤ ਦਾ ਕਾਰਨ ਬਰਡ ਫਲੂ ਹੀ ਹੈ। ਇਹ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ਼ ਹੋਵੇਗਾ। ਗਵਾਲੀਅਰ ਜ਼ੂ ਵਿਚ ਪਸ਼ੂ ਪੰਛੀਆਂ ਦੇ ਪਿੰਜਰਿਆਂ ਨੇੜੇ ਲੋਕਾਂ ਦੇ ਜਾਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਜੇਕਰ ਬਰਡ ਫਲੂ ਨਾਲ ਹੀ ਮੌਤ ਦੀ ਪੁਸ਼ਟੀ ਹੋਈ ਤਾਂ ਚਿੜੀਆਘਰ ਬੰਦ ਵੀ ਹੋ ਸਕਦਾ। ਦਰਅਸਲ ਸਭ ਤੋਂ ਪਹਿਲਾਂ ਬਰਡ ਫਲੂ ਦੇ ਨਿਸ਼ਾਨ ਦਿੱਲੀ ਦੇ ਚਿੜੀਆਘਰ ਵਿਚ ਦੇਖੇ ਗਏ ਸਨ। स्ट्रेन इसकी पाई गई है वायरस की, वो जूनोटिक नेचर की नहीं है। जूनोटिक नेचर उसको कहते हैं जो बर्ड फ्लू की बीमारी पक्षियों से मनुष्यों में भी लग सकती है। तो ऐसा कोई पैनिक या इस तरह की कोई चिंता की अभी तक ऐसी बात नहीं है कि ये बीमारी जूनोटिक नेचर की है और इस टाइप का बिल्कुल भारत सरकार ने इसको रूल आउट किया है। और ये भारत सरकार की एक निषाद की लेबोरेटरी है, उसमें भी ये कन्फर्म हो चुका है कि ये H5N8 स्ट्रेन है कि इस वायरस की, बर्ड फ्लू की, जो जोनोटिक नेचर की नहीं है। तो इसमें एक तो हमें रात का विषय ये है कि ये बीमारी, ये वायरस जो है ना मनुष्यों में इसका इन्फेक्शन नहीं लगता है। हाँ, ये जरूर है कि पक्षियों में इसका प्रकोप होता है और उनमें मोर्टेलिटी भी देखने में आई है।